ਬਹੁਤ ਹੀ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਥੀਓ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਥੀਓ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ 8ਵੀਂ 10ਵੀਂ ਅਤੇ 12ਵੀਂ ਕਲਾਸ ਦੇ ਜੋ ਮਾਰਚ 2023 ਦੇ ਜੋ ਸਰਟੀਫਿਕੇਟਸ ਹਨ ਬੋਰਡ ਦੇ ਸਰਟੀਫਿਕੇਟਸ ਹਨ ਉਹਨਾਂ ਦੇ ਸਬੰਧੀ ਗਾਈਡਲਾਈਨ ਜਾਰੀ ਕਰ ਦਿੱਤੀਆਂ ਗਈਆਂ ਹਨ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ 8ਵੀਂ 10ਵੀਂ ਅਤੇ 12ਵੀਂ ਦੇ ਜੋ ਸਰਟੀਫਿਕੇਟ ਹਨ ਉਹ 15 6 2023 ਨੂੰ ਜ਼ਿਲ੍ਹਾ ਪੱਧਰ ਤੇ ਸਥਿਤ ਖੇਤਰੀ ਬੋਰਡ ਦਫ਼ਤਰਾਂ ਦੇ ਵਿੱਚ ਭੇਜੇ ਜਾ ਰਹੇ ਹਨ ਜੀ ਤੇ ਸਬੰਧਤ ਸਕੂਲਾਂ ਦੇ ਜੋ ਮੁਖੀ ਜਾਂ ਨੁਮਾਇੰਦੇ ਹਨ ਉਹ ਆਪਣੇ ਸਕੂਲ ਦੇ ਸਰਟੀਫਿਕੇਟ ਆਪਣੇ ਜ਼ਿਲ੍ਹੇ ਵਿੱਚ ਸਥਿਤ ਖੇਤਰੀ ਦਫ਼ਤਰਾਂ ਤੋਂ ਮਿਤੀ 16 6 16 ਜੂਨ ਨੂੰ ਪ੍ਰਾਪਤ ਕਰ ਸਕਦੇ ਹਨ। ਖੇਤਰੀ ਦਫ਼ਤਰ ਜੋ ਸਰਟੀਫਿਕੇਟ ਹਨ ਉਹ ਸਕੂਲ ਦੇ ਨੁਮਾਇੰਦੇ ਸਕੂਲ ਦੇ ਮੁਖੀ ਜਾਂ ਸਕੂਲ ਦੇ ਜੋ ਟੀਚਰਸ ਹਨ ਉਹ ਲੈ ਕੇ ਆਉਣਗੇ ਤੇ ਬਾਅਦ ਵਿੱਚ ਇਹ ਜੋ ਸਰਟੀਫਿਕੇਟ ਹਨ ਬੱਚੇ ਸਕੂਲਾਂ ਤੋਂ ਛੁੱਟੀਆਂ ਤੋਂ ਬਾਅਦ ਪ੍ਰਾਪਤ ਕਰਨਗੇ ਜੀ। ਇਹ ਜੋ ਹਦਾਇਤਾਂ ਹਨ ਉਹ ਸਕੂਲ ਮੁਖੀਆਂ ਲਈ ਹਨ ਸਕੂਲ ਦੇ ਨੁਮਾਇੰਦਿਆਂ ਲਈ ਹਨ ਬੱਚਿਆਂ ਲਈ ਨਹੀਂ ਹਨ ਜੀ। ਬੱਚੇ ਖੇਤਰੀ ਦਫ਼ਤਰ ਤੋਂ ਆਪਣਾ ਜੋ ਸਰਟੀਫਿਕੇਟ ਹੈ ਉਹ ਨਹੀਂ ਪ੍ਰਾਪਤ ਕਰ ਸਕਦੇ ਬੱਚਿਆਂ ਨੂੰ ਇਹ ਜੋ ਸਰਟੀਫਿਕੇਟ ਹਨ ਉਹ ਸਕੂਲਾਂ ਹੀ ਛੁੱਟੀਆਂ ਤੋਂ ਬਾਅਦ ਮਿਲਣਗੇ ਜੀ ਤੇ ਆਓ ਅੱਗੇ ਪੜਦੇ ਹਾਂ ਜੀ ਇਸ ਦੇ ਨਾਲ ਹੀ ਜ਼ਿਲ੍ਹਾ ਮਲੇਰਕੋਟਲਾ ਦੇ ਸਕੂਲ ਪ੍ਰਖਿਆਰਥੀਆਂ ਦੇ ਜੋ ਸਰਟੀਫਿਕੇਟ ਹਨ ਉਹ ਖੇਤਰੀ ਦਫ਼ਤਰ ਸੰਗਰੂਰ ਤੋਂ ਜ਼ਿਲ੍ਹਾ ਫਾਜ਼ਿਲਕਾ ਦੇ ਸਕੂਲ ਪ੍ਰਖਿਆਰਥੀਆਂ ਦੇ ਸਰਟੀਫਿਕੇਟ ਖੇਤਰੀ ਦਫ਼ਤਰ ਅਬੋਹਰ ਤੋਂ ਅਤੇ ਸਹਿਬ ਜਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਸਰਟੀਫਿਕੇਟ ਮੁਖ ਦਫਤਰ ਪੰਜਾਬ ਤੋਂ ਪ੍ਰਾਪਤ ਕਰਨਗੇ ਜੀ ਇਹ ਜੋ ਸਰਟੀਫਿਕਟ ਹਨ ਉਹ ਸਕੂਲ ਮੁਖੀ ਜਾਂ ਸਕੂਲ ਦੇ ਨੁਮਾਇਦੇ ਪ੍ਰਾਪਤ ਕਰਨਗੇ ਤੇ ਬਾਅਦ ਵਿੱਚ ਜੋ ਬੱਚੇ ਹਨ ਇਹ ਸਰਟੀਫਿਕੇਟ ਛੁੱਟੀਆਂ ਤੋਂ ਬਾਅਦ ਬੱਚਿਆਂ ਨੂੰ ਆਪਣੇ ਆਪਣੇ ਸਕੂਲਾਂ ਤੋਂ ਮਿਲਣਗੇ ਜੀ ਤੇ ਸਾਥੀਓ ਹੁਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ